ਦੇ ਜਹਾਜ਼ ਨੂੰ ਲੈ ਕੇ। ਜਹਾਜ਼ ਨੂੰ ਸੜਕ ਤੇ ਛੱਡ ਕੇ ਭੱਜ ਗਿਆ ਡਰਾਈਵਰ। ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ, ਸੁਣੋ ਪੂਰੀ ਹੈਰਾਨ ਕਰਦੀ ਖਬਰ। ਇੱਕ ਅਜੀਬ ਜਿਹਾ ਮਾਮਲਾ, ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਜਹਾਜ਼ ਨੂੰ ਸੜਕ ਦੇ ਉੱਤੇ ਛੱਡ ਕੇ ਹੀ ਇਹ ਡਰਾਈਵਰ ਭੱਜ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਵੱਲ ਨੂੰ ਆ ਰਿਹਾ ਸੀਗਾ ਇਹ ਏਅਰ ਇੰਡੀਆ ਦੇ ਜਹਾਜ਼ ਨੂੰ ਲੈ ਕੇ ਬੰਦਾ, ਤੇ ਹੁਣ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਉਹ ਵੀ ਹੈਰਾਨ ਹੋ ਜਾਂਦੀ ਹੈ ਇਹ ਮਾਮਲਾ ਸੁਣ ਕੇ, ਇਹ ਤਸਵੀਰਾਂ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਵਿੱਚ BT ਕਾਲਜ ਕ੍ਰੋਸਿੰਗ ਨੇੜੇ ਜੇਸੋ ਰੋਡ ਦੇ ਉੱਤੇ ਐਤਵਾਰ ਨੂੰ ਹਫੜਾ ਦਫੜੀ ਮਚ ਜਾਂਦੀ ਹੈ। ਇਸਦਾ ਕਾਰਨ ਇੱਕ ਏਅਰਬੱਸ A319 ਹੈ, ਜਿਸ ਨੂੰ ਕੋਲਕਾਤਾ ਹਵਾਈ ਅੱਡੇ ਤੋਂ ਚੰਡੀਗੜ੍ਹ ਇੱਕ ਟ੍ਰੇਲਰ ਵਾਹਨ ਦੇ ਉੱਤੇ ਲਿਜਾਇਆ ਜਾ ਰਿਹਾ ਸੀ। ਦਰਅਸਲ 111 ਫੁੱਟ ਲੰਬਾ ਏਅਰਬੱਸ A319 ਲੈਂਪ ਪੋਸਟ ਦੇ ਨਾਲ ਟਕਰਾ ਗਿਆ ਸੀ, ਜਿਸ ਕਾਰਨ ਕਈ ਟ੍ਰੈਫਿਕ ਲਾਈਟਾਂ ਟੁੱਟ ਗਈਆਂ ਸਨ। ਜਦੋਂ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਗਿਆ ਤਾਂ ਵਾਹਨ ਚਾਲਕ ਟਰਾਲਾ ਗੱਡੀ ਛੱਡ ਕੇ ਭੱਜ ਜਾਂਦਾ ਹੈ। ਇਸ ਘਟਨਾ ਨੇ ਸੜਕ ਦੇ ਉੱਤੇ ਖੜੇ ਵਾਹਨ ਚਾਲਕਾਂ ਨੂੰ ਹੈਰਾਨ ਕਰ ਦਿੱਤਾ। ਮੌਕੇ ਦੇ ਉੱਤੇ ਪਹੁੰਚੀ ਪੁਲਿਸ ਵੀ ਪੂਰੀ ਤਰੀਕੇ ਦੇ ਨਾਲ ਚੌਕਸ ਰਹੀ ਹੈ। ਸੜਕ ਦੇ ਵਿਚਕਾਰ ਹਵਾਈ ਜਹਾਜ਼ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਉੱਥੇ ਲੋਕ ਇਕੱਠੇ ਹੋ ਜਾਂਦੇ ਨੇ, ਖੜ ਖੜ ਕੇ ਉਹ ਦੇਖ ਰਹੇ ਸੀ ਕਿਸ ਤਰੀਕੇ ਦੇ ਨਾਲ ਹਵਾਈ ਜਹਾਜ਼ ਨੂੰ ਸੜਕ ਦੇ ਉੱਤੇ ਛੱਡ ਕੇ ਕੋਈ ਭੱਜ ਸਕਦਾ। ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਦੇਖਣ ਦੇ ਲਈ ਉਤਸ਼ਾਹਿਤ ਵੀ ਨਜ਼ਰ ਆਏ। ਪੁਲਿਸ ਨੇ ਪੂਰੇ ਜਹਾਜ਼ ਨੂੰ ਤਰਪਾਲ ਨਾਲ ਢੱਕ ਦਿੱਤਾ ਤਾਂ ਜੋ ਟ੍ਰੈਫਿਕ ਵਿਵਸਥਾ ਵਿਗੜ ਨਾ ਜਾਵੇ ਅਤੇ ਲੋਕਾਂ ਨੂੰ ਨਜ਼ਰ ਨਾ ਆਵੇ, ਇਹ ਏਦਾਂ ਦਾ ਕੁਝ ਨਾ ਹੋਵੇ ਕਿ ਤਾਂ ਕਿ ਜਿਹੜੇ ਲੋਕ ਨੇ ਉਹ ਖੱਜਲ ਖੁਆਰ ਨਾ ਹੋਣ। ਇਹ ਘਟਨਾ ਐਤਵਾਰ ਦੁਪਹਿਰ 3:15 ਦੇ ਉੱਤੇ ਵਾਪਰੀ, 3:15 ਦੀ ਘਟਨਾ ਦੱਸੀ ਜਾ ਰਹੀ ਹੈ। ਇੱਕ ਨਿਊਜ਼ ਰਿਪੋਰਟ ਦੇ ਮੁਤਾਬਕ ਵੀ ਦੱਸ ਦਿੰਦੇ ਹਾਂ, ਇੱਕ ਅਧਿਕਾਰੀ ਨੇ ਦੱਸਿਆ ਜਦੋਂ ਇੱਕ ਸਾਈਕਲ ਸਵਾਰ ਸੜਕ ਦੇ ਉੱਤੇ ਖੜ੍ਹੇ ਜਹਾਜ਼ ਦੀਆਂ ਤਸਵੀਰਾਂ ਲੈ ਰਿਹਾ ਸੀ ਤਾਂ ਇਹ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਉਹ ਜ਼ਖਮੀ ਹੋ ਗਿਆ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਏਅਰ ਇੰਡੀਆ ਦਾ ਯਾਤਰੀ ਜਹਾਜ਼ ਸੀ ਜਿਸ ਦੀ ਮਿਆਦ ਜਿਹੜੀ ਹੈ ਉਹ ਪੁੱਗ ਚੁੱਕੀ ਸੀ। ਚੰਡੀਗੜ੍ਹ ਆ ਰਿਹਾ ਸੀ ਏਅਰ ਇੰਡੀਆ ਦੇ ਜਹਾਜ਼ ਨੂੰ ਲੈ ਕੇ। ਜਹਾਜ਼ ਨੂੰ ਸੜਕ ਤੇ ਛੱਡ ਕੇ ਭੱਜ ਗਿਆ ਡਰਾਈਵਰ। ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ, ਸੁਣੋ ਪੂਰੀ ਹੈਰਾਨ ਕਰਦੀ ਖਬਰ। ਇੱਕ ਅਜੀਬ ਜਿਹਾ ਮਾਮਲਾ, ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਜਹਾਜ਼ ਨੂੰ ਸੜਕ ਦੇ ਉੱਤੇ ਛੱਡ ਕੇ ਹੀ ਇਹ ਡਰਾਈਵਰ ਭੱਜ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਵੱਲ ਨੂੰ ਆ ਰਿਹਾ ਸੀਗਾ ਇਹ ਏਅਰ ਇੰਡੀਆ ਦੇ ਜਹਾਜ਼ ਨੂੰ ਲੈ ਕੇ ਬੰਦਾ, ਤੇ ਹੁਣ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਤੇ ਉਹ ਵੀ ਹੈਰਾਨ ਹੋ ਜਾਂਦੀ ਹੈ ਇਹ ਮਾਮਲਾ ਸੁਣ ਕੇ, ਇਹ ਤਸਵੀਰਾਂ ਦੇਖ ਕੇ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਵਿੱਚ BT ਕਾਲਜ ਕ੍ਰੋਸਿੰਗ ਨੇੜੇ ਜੇਸੋ ਰੋਡ ਦੇ ਉੱਤੇ ਐਤਵਾਰ ਨੂੰ ਹਫੜਾ ਦਫੜੀ ਮਚ ਜਾਂਦੀ ਹੈ। ਇਸਦਾ ਕਾਰਨ ਇੱਕ ਏਅਰਬੱਸ A319 ਹੈ, ਜਿਸ ਨੂੰ ਕੋਲਕਾਤਾ ਹਵਾਈ ਅੱਡੇ ਤੋਂ ਚੰਡੀਗੜ੍ਹ ਇੱਕ ਟ੍ਰੇਲਰ ਵਾਹਨ ਦੇ ਉੱਤੇ ਲਿਜਾਇਆ ਜਾ ਰਿਹਾ ਸੀ। ਦਰਅਸਲ 111 ਫੁੱਟ ਲੰਬਾ ਏਅਰਬੱਸ A319 ਲੈਂਪ ਪੋਸਟ ਦੇ ਨਾਲ ਟਕਰਾ ਗਿਆ ਸੀ, ਜਿਸ ਕਾਰਨ ਕਈ ਟ੍ਰੈਫਿਕ ਲਾਈਟਾਂ ਟੁੱਟ ਗਈਆਂ ਸਨ। ਜਦੋਂ ਸੜਕ ਦੇ ਉੱਤੇ ਕਾਫੀ ਹੰਗਾਮਾ ਹੋ ਗਿਆ ਤਾਂ ਵਾਹਨ ਚਾਲਕ ਟਰਾਲਾ ਗੱਡੀ ਛੱਡ ਕੇ ਭੱਜ ਜਾਂਦਾ ਹੈ। ਇਸ ਘਟਨਾ ਨੇ ਸੜਕ ਦੇ ਉੱਤੇ ਖੜ੍ਹੇ ਵਾਹਨ ਚਾਲਕਾਂ ਨੂੰ ਹੈਰਾਨ ਕਰ ਦਿੱਤਾ। ਮੌਕੇ ਦੇ ਉੱਤੇ ਪਹੁੰਚੀ ਪੁਲਿਸ ਵੀ ਪੂਰੀ ਤਰੀਕੇ ਦੇ ਨਾਲ ਚੌਕਸ ਰਹੀ ਹੈ। ਸੜਕ ਦੇ ਵਿਚਕਾਰ ਹਵਾਈ ਜਹਾਜ਼ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਉੱਥੇ ਲੋਕ ਇਕੱਠੇ ਹੋ ਜਾਂਦੇ ਨੇ, ਖੜ ਖੜ ਕੇ ਉਹ ਦੇਖ ਰਹੇ ਸੀ ਕਿਸ ਤਰੀਕੇ ਦੇ ਨਾਲ ਹਵਾਈ ਜਹਾਜ਼ ਨੂੰ ਸੜਕ ਦੇ ਉੱਤੇ ਛੱਡ ਕੇ ਕੋਈ ਭੱਜ ਸਕਦਾ। ਇਸ ਦੇ ਨਾਲ ਹੀ ਕੁਝ ਲੋਕ ਇਸ ਨੂੰ ਦੇਖਣ ਦੇ ਲਈ ਉਤਸ਼ਾਹਿਤ ਵੀ ਨਜ਼ਰ ਆਏ। ਪੁਲਿਸ ਨੇ ਪੂਰੇ ਜਹਾਜ਼ ਨੂੰ ਤਰਪਾਲ ਨਾਲ ਢੱਕ ਦਿੱਤਾ ਤਾਂ ਜੋ ਟ੍ਰੈਫਿਕ ਵਿਵਸਥਾ ਵਿਗੜ ਨਾ ਜਾਵੇ ਅਤੇ ਲੋਕਾਂ ਨੂੰ ਨਜ਼ਰ ਨਾ ਆਵੇ, ਇਹ ਏਦਾਂ ਦਾ ਕੁਝ ਨਾ ਹੋਵੇ ਕਿ ਤਾਂ ਕਿ ਜਿਹੜੇ ਲੋਕ ਨੇ ਉਹ ਖੱਜਲ ਖੁਆਰ ਨਾ ਹੋਣ। ਇਹ ਘਟਨਾ ਐਤਵਾਰ ਦੁਪਹਿਰ
3:15 ਦੇ ਉੱਤੇ ਵਾਪਰੀ। 3:15 ਦੀ ਘਟਨਾ ਦੱਸੀ ਜਾ ਰਹੀ ਹੈ। ਇੱਕ ਨਿਊਜ਼ ਰਿਪੋਰਟ ਦੇ ਮੁਤਾਬਕ ਵੀ ਦੱਸ ਦਿੰਦੇ ਹਾਂ, ਇੱਕ ਅਧਿਕਾਰੀ ਨੇ ਦੱਸਿਆ ਜਦੋਂ ਇੱਕ ਸਾਈਕਲ ਸਵਾਰ ਸੜਕ ਦੇ ਉੱਤੇ ਖੜ੍ਹੇ ਜਹਾਜ਼ ਦੀਆਂ ਤਸਵੀਰਾਂ ਲੈ ਰਿਹਾ ਸੀ ਤਾਂ ਇਹ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਉਹ ਜ਼ਖਮੀ ਹੋ ਗਿਆ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਏਅਰ ਇੰਡੀਆ ਦਾ ਯਾਤਰੀ ਜਹਾਜ਼ ਸੀ ਜਿਸਦੀ ਮਿਆਦ ਜਿਹੜੀ ਹੈ ਉਹ ਪੁੱਗ ਚੁੱਕੀ ਸੀ।